ਆਪਣੇ ਸਾਥੀ ਨੂੰ ਕਾਂਗਰਸੀ ਲੀਡਰ ਹੈ ਉਹਨੂੰ ਮਿਲਣ ਵਾਸਤੇ ਆਏ ਹੈ, ਹੌਸਲਾ ਦੇਣ ਵਾਸਤੇ ਆਏ ਹੈ। ਚੜ੍ਹਦੀ ਕਲਾ 'ਚ ਰਹੋ, ਪਰਮਾਤਮਾ ਚੰਗੇ ਦਿਨ ਲਿਆਏਗਾ। ਇਹ ਉਹ ਦਿਨ ਨਹੀਂ ਰਹੇ ਤਾਂ ਇਹ ਦਿਨ ਵੀ ਨਹੀਂ ਰਹੇ। ਬ੍ਰਿਟਿਸ਼ ਸਾਹਿਬ ਕਿਸ ਤਰ੍ਹਾਂ ਲੱਗ ਰਿਹਾ, ਸਾਹਿਬ ਸਿੰਘ ਨੂੰ ਤੁਸੀਂ ਮਿਲ ਕੇ ਆਏ ਹੋ, ਕਿੰਨੇ ਕੁ ਖੁਸ਼ ਨੇ, ਕਿਸ ਤਰ੍ਹਾਂ ਪੰਜਾਬ ਸਰਕਾਰ? ਦੇਖੋ ਜੀ, ਜੇਲ੍ਹ 'ਚ ਕੋਈ ਖੁਸ਼ ਨਹੀਂ ਹੁੰਦਾ, ਬਟ ਹਾਂ ਹੌਸਲੇ 'ਚ ਬਹੁਤ ਨੇ ਜੀ ਸਰਦਾਰ ਸਾਧੂ ਸਿੰਘ ਜੀ। ਔਰ ਮੈਨੂੰ ਲੱਗਦਾ ਕਿ ਪਾਕ ਸਾਫ਼ ਹੋ ਕੇ ਔਰ ਇਹ ਜਿਹੜਾ ਕੇਸ ਹੈ ਇਹਦੇ 'ਚੋਂ ਬਾਹਰ ਨਿਕਲਣਗੇ। ਔਰ ਕੇਸ 'ਚ ਬੇਬੁਨਿਆਦੀ ਗੱਲਾਂ, ਕੋਈ ਕੁਛ ਨਹੀਂ ਪਾਇਆ ਗਿਆ ਕੇਸ ਦੇ ਵਿੱਚ। ਔਰ ਮੈਨੂੰ ਲੱਗਦਾ ਕਿ ਜਦੋਂ ਮਾਨਯੋਗ ਅਦਾਲਤ ਫੈਸਲਾ ਕਰੇਗੀ, ਬਾਈ ਇੱਜ਼ਤ ਬਰੀ ਸਾਧੂ ਸਿੰਘ ਜੀ ਹੋਣਗੇ। ਪੂਰਨ ਹੌਸਲੇ 'ਚ ਹੈ, ਮੇਰੀ ਵਕੀਲਾਂ ਨਾਲ ਵੀ ਗੱਲ ਹੋਈ ਹੈ ਜੀ। ਦੇਖੋ ਜੀ, 14 ਫਸਲਾਂ 'ਤੇ ਵਾਧਾ ਕੀਤਾ ਜਾਂ ਨਹੀਂ ਕੀਤਾ, ਪਹਿਲਾਂ ਮੈਂ ਇਹ ਕਹਿੰਦਾ ਵੀ ਜਿਹੜੀ ਸਾਡੇ ਕਿਸਾਨਾਂ ਦੀ ਡਿਮਾਂਡ ਹੈ ਕਣਕ ਅਤੇ ਝੋਨਾ, ਇਹਦੇ 'ਤੇ MSP ਦੀ ਲੀਗਲ ਗਰੰਟੀ ਜ਼ਰੂਰ ਦੇਣ। ਕਿਉਂਕਿ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਕਿਸਾਨ ਜਿਹੜਾ ਉਹ ਲੀਗਲ ਗਰੰਟੀ ਮੰਗਦਾ ਹੈ, ਇਸ ਗੱਲ ਦੀ MSP ਦੀ ਲੀਗਲ ਗਰੰਟੀ ਮੰਗਦਾ। ਚੰਗੀ ਗੱਲ ਹੈ ਜੇ 14 ਫਸਲਾਂ ਦੇ ਦਿੱਤਾ, ਲੇਕਿਨ ਮੈਨੂੰ ਲੱਗਦਾ ਜਿਹੜੀਆਂ ਫਸਲਾਂ ਆਲਰੇਡੀ ਲੋਕ ਲਾ ਰਹੇ ਨੇ ਔਰ ਜ਼ਿਆਦਾਤਰ ਕਿਸਾਨ ਬੀਜ ਰਿਹਾ ਹੈ, ਉਹਨਾਂ 'ਤੇ ਵੀ ਜ਼ਰਾ MSP ਦੀ ਲੀਗਲ ਗਰੰਟੀ ਦੇਣ। ਨੀਟ ਪ੍ਰੀਖਿਆ 'ਤੇ ਜਿਹੜਾ ਲੀਕ ਮਾਮਲੇ 'ਚ, ਬਿਲਕੁਲ ਬਹੁਤ ਵੱਡਾ ਘਪਲਾ ਹੈ ਦੇਸ਼ ਦੇ ਅੰਦਰ। ਔਰ ਕੱਲ੍ਹ ਨੂੰ ਅਸੀਂ ਸਾਰੇ ਦੇਸ਼ ਦੇ ਅੰਦਰ ਕਾਂਗਰਸ ਪਾਰਟੀ ਇਸ ਗੱਲ ਨੂੰ ਲੈ ਕੇ ਪ੍ਰਦਰਸ਼ਨ ਕਰੇਗੀ। ਇਸ ਤੋਂ ਵੱਡਾ ਘਪਲਾ ਕੋਈ ਹੋ ਨਹੀਂ ਸਕਦਾ। ਮੈਨੂੰ ਲੱਗਦਾ ਸਰਾਸਰ ਜ਼ਾਸਤੀ ਹੈ ਨੌਜਵਾਨਾਂ ਨਾਲ। ਬਹੁਤ ਸਾਰੇ ਲੋਕ ਸੁਸਾਈਡ ਕਰ ਰਹੇ ਨੇ, ਬਹੁਤ ਸਾਰੇ ਲੋਕ ਨਿਰਾਸ਼ ਨੇ, ਕੋਈ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ। ਸੋ ਬਹੁਤ ਵੱਡੀ ਧਾਂਦਲੀ ਹੈਗੀ ਹੈ ਮੈਨੂੰ ਲੱਗਦਾ। ਗ੍ਰਿਫਤਾਰ ਵੀ ਕੀਤਾ ਉਹਨੇ? ਹਾਂਜੀ, ਕੋਈ ਨਾ ਕੋਈ ਇਸ ਤਰ੍ਹਾਂ ਡਰਾਮਾ ਤਾਂ ਸਰਕਾਰ ਬਣਾ ਹੀ ਲਏਗੀ, ਕੋਈ ਨਾ ਕੋਈ ਰਚ ਲਏਗੀ। ਲੇਕਿਨ ਨੀਟ ਦੇ ਇਗਜ਼ਾਮ ਦੇ ਵਿੱਚ ਜਿਸ ਪ੍ਰਕਾਰ ਦੇ ਇਹ ਪੇਪਰ ਲੀਕ ਵਾਲਾ ਮਾਮਲਾ, ਇਹਦੇ 'ਤੇ ਵੱਡੇ ਪੱਧਰ 'ਤੇ ਇਨਕੁਆਇਰੀ ਹੋਣੀ ਚਾਹੀਦੀ ਹੈ ਔਰ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜਨਾ ਚਾਹੀਦਾ। ਕੇਂਦਰ ਸਰਕਾਰ ਦੇ CBI ਦੀ ਜਾਂਚ, CBI ਵੀ ਇਹਨਾਂ ਦੀ ਹੈ ਜੀ, ਸਾਰਾ ਕੁਛ ਇਹਨਾਂ ਦਾ। ਬ੍ਰਿੰਗ ਸਾਹਿਬ ਜਿਹੜਾ ਪੁਲਿਸ ਦੀਆਂ ਬਦਲੇ ਕੀਤੇ ਨੇ, ਨਸ਼ੇ ਨਾਲ ਮੌਤਾਂ ਰੋਜ਼ਾਨਾ ਹੋ ਰਹੀਆਂ ਨੇ, ਨੌਜਵਾਨ ਮਰ ਰਹੇ ਨਸ਼ੇ ਨਾਲ, 14 ਦਿਨਾਂ 14 ਮੌਤਾਂ। ਮੈਂ ਕਹਿੰਦਾ ਸੀ ਪਹਿਲਾਂ ਗੁਟਕਾ ਸਾਹਿਬ ਦੀ ਸੌਂ ਖਾਧੀ ਸੀ, ਹੁਣ ਹਰਿਮੰਦਰ ਸਾਹਿਬ ਜਾ ਕੇ ਸਰਕਾਰ ਨੇ ਅਰਦਾਸ ਕਰਾਈ ਸੀ। ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੈ। ਮੈਂ ਹਮੇਸ਼ਾ ਇਹ ਗੱਲ ਕਹਿੰਦਾ ਕਿ ਆਪਾਂ ਇਕੱਠੇ ਹੋ ਕੇ ਇਹਦੇ 'ਤੇ ਕੋਈ ਚਰਚਾ ਕਰੀਏ। ਵਿਧਾਨ ਸਭਾ ਦੇ ਵਿੱਚ 117 ਚੁਣੇ ਹੋਏ ਨੁਮਾਇੰਦੇ ਹਾਂ, ਅਸੀਂ ਉਹਦੇ 'ਤੇ ਚਰਚਾ ਕਰੀਏ ਤਾਂ ਜੋ ਇਹਦੇ 'ਚੋਂ ਕੋਈ ਨਾ ਕੋਈ ਇਹਦਾ ਹੱਲ ਕੱਢੀਏ, ਨਾ ਕਿ ਇੱਕ ਦੂਜੇ ਨਿਖੇਧੀ ਕਰੀਏ, ਨਾ ਕਿ ਇਹ ਕਹੀਏ ਫਲਾਨੇ ਪਰਚੇ ਹੋ ਗਏ, ਇੰਨੇ ਹੋ ਗਏ, ਉਹ ਹੋ ਗਿਆ। ਸਾਨੂੰ ਸਾਰਿਆਂ ਨੂੰ ਇਹਦੇ 'ਤੇ ਬੈਠ ਕੇ ਪੂਰਨ ਵਿਚਾਰ ਕਰਨਾ ਚਾਹੀਦਾ ਹੈ, ਇਹਦਾ ਹੱਲ ਕੱਢਣਾ ਚਾਹੀਦਾ ਹੈ। ਨਹੀਂ ਤਾਂ ਇਹ ਦਿਨ ਬ ਦਿਨ ਜਿਹੜਾ ਨਸ਼ਾ ਹੈ ਇਸੇ ਤਰ੍ਹਾਂ ਸਾਡੇ ਨੌਜਵਾਨਾਂ ਦੀਆਂ ਜਾਨ ਲੈਂਦਾ ਰਹੇਗਾ ਔਰ ਇਹ ਵੱਧਦਾ ਰਹੇਗਾ। ਜਲੰਧਰ ਚਿਮਨੀ ਚੋਣ ਵੱਡੇ ਫਰਕ ਨਾਲ ਜਿੱਤਾਂਗੇ, ਵੇਖਣਾ ਕੀ ਹੈ। ਆਪਣੇ ਸਾਥੀ ਨੂੰ ਕਾਂਗਰਸੀ ਲੀਡਰ ਹੈ ਉਹਨੂੰ ਮਿਲਣ ਵਾਸਤੇ ਆਏ ਹੈ, ਹੌਸਲਾ ਦੇਣ ਵਾਸਤੇ ਆਏ ਹੈ। ਚੜ੍ਹਦੀ ਕਲਾ 'ਚ ਰਹੋ, ਪਰਮਾਤਮਾ ਚੰਗੇ ਦਿਨ ਲਿਆਏਗਾ। ਇਹ ਉਹ ਦਿਨ ਨਹੀਂ ਰਹੇ ਤਾਂ ਇਹ ਦਿਨ ਵੀ ਨਹੀਂ ਰਹੇ। ਬ੍ਰਿਟਿਸ਼ ਸਾਹਿਬ ਕਿਸ ਤਰ੍ਹਾਂ ਲੱਗ ਰਿਹਾ, ਸਾਹਿਬ ਸਿੰਘ ਨੂੰ ਤੁਸੀਂ ਮਿਲ ਕੇ ਆਏ ਹੋ, ਕਿੰਨੇ ਕੁ ਖੁਸ਼ ਨੇ, ਕਿਸ ਤਰ੍ਹਾਂ ਪੰਜਾਬ ਸਰਕਾਰ? ਦੇਖੋ ਜੀ, ਜੇਲ੍ਹ 'ਚ ਕੋਈ ਖੁਸ਼ ਨਹੀਂ ਹੁੰਦਾ, ਬਟ ਹਾਂ ਹੌਸਲੇ 'ਚ ਬਹੁਤ ਨੇ ਜੀ ਸਰਦਾਰ ਸਾਧੂ ਸਿੰਘ ਜੀ। ਔਰ ਮੈਨੂੰ ਲੱਗਦਾ ਕਿ ਪਾਕ ਸਾਫ਼ ਹੋ ਕੇ ਔਰ ਇਹ ਜਿਹੜਾ ਕੇਸ ਹੈ ਇਹਦੇ 'ਚੋਂ ਬਾਹਰ ਨਿਕਲਣਗੇ। ਔਰ ਕੇਸ 'ਚ ਬੇਬੁਨਿਆਦੀ ਗੱਲਾਂ, ਕੋਈ ਕੁਛ ਨਹੀਂ ਪਾਇਆ ਗਿਆ ਕੇਸ ਦੇ ਵਿੱਚ। ਔਰ ਮੈਨੂੰ ਲੱਗਦਾ ਕਿ ਜਦੋਂ ਮਾਨਯੋਗ ਅਦਾਲਤ ਫੈਸਲਾ ਕਰੇਗੀ, ਬਾਈ ਇੱਜ਼ਤ ਬਰੀ ਸਾਧੂ ਸਿੰਘ ਜੀ ਹੋਣਗੇ। ਪੂਰਨ ਹੌਸਲੇ 'ਚ ਹੈ, ਮੇਰੀ ਵਕੀਲਾਂ ਨਾਲ ਵੀ ਗੱਲ ਹੋਈ ਹੈ ਜੀ। ਜਲੰਧਰ ਸਰਕਾਰ ਨੇ 14 MSP ਦੇ ਰੇਟਾਂ 'ਤੇ ਵਾਧਾ ਕੀਤਾ, ਕਿਸ ਤਰ੍ਹਾਂ ਦੇਖਦੇ ਕਾਰੇ 'ਤੇ ਜੀ?
MSP ਤੇ 14 ਫਸਲਾਂ ਤੇ? ਦੇਖੋ ਜੀ, 14 ਫਸਲਾਂ ਤੇ ਵਾਅਦਾ ਕੀਤਾ ਜਾਂ ਨਹੀਂ ਕੀਤਾ, ਪਹਿਲਾਂ ਮੈਂ ਇਹ ਕਹਿਣਾ ਵੀ ਜਿਹੜੀ ਸਾਡੇ ਕਿਸਾਨਾਂ ਦੀ ਡਿਮਾਂਡ ਹੈ ਕਣਕ ਤੇ ਝੋਨਾ, ਇਹਦੇ 'ਤੇ MSP ਦੀ ਲੀਗਲ ਗਰੰਟੀ ਜ਼ਰੂਰ ਦੇਣ, ਕਿਉਂਕਿ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਕਿਸਾਨ ਜਿਹੜਾ ਉਹ ਲੀਗਲ ਗਰੰਟੀ ਮੰਗਦਾ ਹੈ, ਇਸ ਗੱਲ ਦੀ MSP ਦੀ ਲੀਗਲ ਗਰੰਟੀ ਮੰਗਦਾ ਹੈ। ਚੰਗੀ ਗੱਲ ਹੈ ਜੇ 14 ਫਸਲਾਂ ਦੇ ਦਿੱਤਾ, ਲੇਕਿਨ ਮੈਨੂੰ ਲੱਗਦਾ ਜਿਹੜੀਆਂ ਫਸਲਾਂ ਆਲਰੇਡੀ ਲੋਕ ਲਾ ਰਹੇ ਨੇ ਔਰ ਜ਼ਿਆਦਾਤਰ ਕਿਸਾਨ ਬੀਜ ਰਿਹਾ ਹੈ, ਉਹਨਾਂ 'ਤੇ ਵੀ ਜ਼ਰਾ MSP ਦੀ ਲੀਗਲ ਗਰੰਟੀ ਦੇਣ। ਨੀਟ ਪ੍ਰੀਖਿਆ ਤੇ ਜਿਹੜਾ ਲੀਕ ਮਾਮਲੇ 'ਚ ਬਿਲਕੁਲ ਬਹੁਤ ਵੱਡਾ ਘਪਲਾ ਹੈ ਦੇਸ਼ ਦੇ ਅੰਦਰ, ਔਰ ਕੱਲ੍ਹ ਨੂੰ ਅਸੀਂ ਸਾਰੇ ਦੇਸ਼ ਦੇ ਅੰਦਰ ਕਾਂਗਰਸ ਪਾਰਟੀ ਇਸ ਗੱਲ ਨੂੰ ਲੈ ਕੇ ਪ੍ਰਦਰਸ਼ਨ ਕਰੇਗੀ। ਇਸ ਤੋਂ ਵੱਡਾ ਘਪਲਾ ਕੋਈ ਹੋ ਨਹੀਂ ਸਕਦਾ। ਮੈਨੂੰ ਲੱਗਦਾ ਸਰਾਸਰ ਜ਼ਾਸਤੀ ਹੈ ਨੌਜਵਾਨਾਂ ਨਾਲ, ਬਹੁਤ ਸਾਰੇ ਲੋਕ ਸੁਸਾਈਡ ਕਰ ਰਹੇ ਨੇ, ਬਹੁਤ ਸਾਰੇ ਲੋਕ ਨਿਰਾਸ਼ ਨੇ, ਕੋਈ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ। ਸੋ ਬਹੁਤ ਵੱਡੀ ਧਾਂਦਲੀ ਹੈਗੀ ਹੈ ਮੈਨੂੰ ਲੱਗਦਾ। ਵਿਦਿਆਰਥੀ ਨੂੰ ਗ੍ਰਿਫਤਾਰ ਵੀ ਕੀਤਾ ਹੁਣ ਮੰਨਿਆ? ਹਾਂਜੀ, ਕੋਈ ਨਾ ਕੋਈ ਇਸ ਤਰ੍ਹਾਂ ਡਰਾਮਾ ਤਾਂ ਸਰਕਾਰ ਬਣਾ ਹੀ ਲਏਗੀ, ਕੋਈ ਨਾ ਕੋਈ ਰਚ ਲਏਗੀ। ਲੇਕਿਨ ਨੀਟ ਦੇ ਐਗਜ਼ਾਮ ਦੇ ਵਿੱਚ ਜਿਸ ਪ੍ਰਕਾਰ ਦੇ ਇਹ ਪੇਪਰ ਲੀਕ ਵਾਲਾ ਮਾਮਲਾ, ਇਹਦੇ 'ਤੇ ਵੱਡੇ ਪੱਧਰ 'ਤੇ ਇਨਕੁਆਇਰੀ ਹੋਣੀ ਚਾਹੀਦੀ ਹੈ ਔਰ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜਨਾ ਚਾਹੀਦਾ। ਕੇਂਦਰ ਸਰਕਾਰ ਦੇ CBI ਕੋਲ CBI ਦੀ ਜਾਂਚ, CBI ਵੀ ਇਹਨਾਂ ਦੀ ਹੈ ਜੀ, ਸਾਰਾ ਕੁਝ ਇਹਨਾਂ ਦਾ। ਬ੍ਰਿੰਗ ਸਾਹਿਬ ਜਿਹੜਾ ਪੁਲਿਸ ਦੇ ਬਦਲੇ ਕੀਤੇ ਨੇ, ਨਸ਼ੇ ਨਾਲ ਮੌਤਾਂ ਰੋਜ਼ਾਨਾ ਹੋ ਰਹੀਆਂ ਨੇ, ਨੌਜਵਾਨ ਮਰ ਰਹੇ ਨਸ਼ੇ ਨਾਲ, 14 ਦਿਨਾਂ 14 ਮੌਤਾਂ। ਮੈਂ ਕਹਿੰਦਾ ਸੀ ਪਹਿਲਾਂ ਗੁਟਕਾ ਸਾਹਿਬ ਦੀ ਸੌਂਹ ਖਾਧੀ ਸੀ, ਹੁਣ ਹਰਿਮੰਦਰ ਸਾਹਿਬ ਜਾ ਕੇ ਸਰਕਾਰ ਨੇ ਅਰਦਾਸ ਕਰਾਈ ਸੀ। ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੈ। ਮੈਂ ਹਮੇਸ਼ਾ ਇਹ ਗੱਲ ਕਹਿੰਦਾ ਕਿ ਆਪਾਂ ਇਕੱਠੇ ਹੋ ਕੇ ਇਹਦੇ 'ਤੇ ਕੋਈ ਚਰਚਾ ਕਰੀਏ। ਵਿਧਾਨ ਸਭਾ ਦੇ ਵਿੱਚ 117 ਚੁਣੇ ਹੋਏ ਨੁਮਾਇੰਦੇ ਹਾਂ, ਅਸੀਂ ਉਹਦੇ 'ਤੇ ਚਰਚਾ ਕਰੀਏ ਤਾਂ ਜੋ ਇਹਦੇ 'ਚੋਂ ਕੋਈ ਨਾ ਕੋਈ ਇਹਦਾ ਹੱਲ ਕੱਢੀਏ, ਨਾ ਕਿ ਇੱਕ ਦੂਜੇ ਦੀ ਨਿਖੇਧੀ ਕਰੀਏ, ਨਾ ਕਿ ਇਹ ਕਹੀਏ ਫਲਾਣੇ ਪਰਚੇ ਹੋ ਗਏ, ਇੰਨੇ ਹੋ ਗਏ, ਉਹ ਹੋ ਗਿਆ। ਸਾਨੂੰ ਸਾਰਿਆਂ ਨੂੰ ਇਹਦੇ 'ਤੇ ਬੈਠ ਕੇ ਪੂਰਨ ਵਿਚਾਰ ਕਰਨਾ ਚਾਹੀਦਾ ਹੈ, ਇਹਦਾ ਹੱਲ ਕੱਢਣਾ ਚਾਹੀਦਾ ਹੈ, ਨਹੀਂ ਤਾਂ ਇਹ ਦਿਨ ਬ ਦਿਨ ਜਿਹੜਾ ਨਸ਼ਾ ਹੈ ਇਸੇ ਤਰ੍ਹਾਂ ਸਾਡੇ ਨੌਜਵਾਨਾਂ ਦੀਆਂ ਜਾਨ ਲੈਂਦਾ ਰਹੇਗਾ ਔਰ ਇਹ ਵੱਧਦਾ ਰਹੇਗਾ। ਜਲੰਧਰ ਚਿਮਨੀ ਚੋਣ ਵੱਡੇ ਫਰਕ ਨਾਲ ਜਿੱਤਾਂਗੇ, ਵੇਖਣਾ ਕੀ ਹੈ।